ਅਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਾਇਰਲ ਵੀਡੀਓ ਵਾਲੇ ਬੱਚੇ ਨਾਲ ਕਰ ਗਏ ਵੱਡਾ ਕਾਂਡ ਹੁਣ ਦੱਸੋ ਇਹੋ ਜਿਹੇ ਬੰਦਿਆਂ ਨਾਲ ਕੀ ਕੀਤਾ ਜਾਵੇ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੁਝ ਲੋਕਾਂ ਦਾ ਕੰਮ ਹੀ ਠੱਗੀਆਂ ਮਾਰ ਕੇ ਆਪਣਾ ਗੁਜ਼ਾਰਾ ਕਰਨਾ ਹੁੰਦਾ ਹੈ ਉਹ ਲੋਕ ਆਪਣੀਆਂ ਹਰਕਤਾਂ ਤੋਂ ਬਾਦ ਨਹੀਂ ਆਉਂਦੇ ਠੱਗੀ ਕਰਨ ਲੱਗੇ ਇਹ ਨਹੀਂ ਦੇਖਦੇ ਕਿ ਉਹ ਕਿਸ ਨਾਲ ਠੱਗੀ ਕਰ ਰਹੇ ਹਨ ਪਤਾ ਨਹੀਂ ਇਹਨਾਂ ਦਾ ਜ਼ਮੀਰ ਕਿਸ ਤਰੀਕੇ ਨਾਲ ਇਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ ਮਾਮਲਾ ਸਾਹਮਣੇ ਆਇਆ ਫਰੂਜ਼ਪੁਰ ਤੋਂ ਜਿੱਥੇ ਕਿਸੇ ਠੱਗ ਵਿਅਕਤੀ ਵੱਲੋਂ ਇੱਕ ਅਨਾਥ ਅਤੇ ਗਰੀਬ ਬੱਚੇ ਦੇ ਇਲਾਜ ਲਈ ਲੋਕਾਂ ਦੀ ਮਦਦ ਦੁਆਰਾ ਇਕੱਠੇ ਕੀਤੇ ਗਏ ਰੁਪਏ ਵੀ ਠੱਗ ਲੈਨੇ ਸੋ ਸਭ ਤੋਂ ਪਹਿਲਾ ਤਸਵੀਰ ਉਸ ਬੱਚੇ ਦੀ ਦਿਖਾ ਦਿੰਨੇ ਆ ਜਿਹੇ ਉਸ ਬੱਚੇ ਦੀ ਤਸਵੀਰ ਆ ਜਿਸ ਦੇ ਨਾਲ ਠੱਗੀ ਵਜੀ ਹੈ ਜਦੋਂ ਗਰੀਬ ਲੋਕਾਂ ਨੂੰ ਵੀ ਅਜਿਹੇ ਗਰੀਬ ਪਰਿਵਾਰਾਂ ਨੂੰ ਵੀ ਇਹ ਲੋਕ ਨੇ ਬਖਸ਼ ਦੇ ਗੁਰਚੰਦ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਇੱਕ ਗਰੀਬ ਅਤੇ ਅਨਾਥ ਲੜਕਾ ਜਿਸ ਨੂੰ ਗੁਰਦਿਆਂ ਦੀ ਬਿਮਾਰੀ ਆ ਪੀੜਿਤ ਲੜਕੇ ਦੀ ਮਦਦ ਲਈ ਉਹਨਾਂ ਵੱਲੋਂ ਖਬਰ ਲਗਵਾਈ ਗਈ ਸੀ ਜਿਸ ਤੋਂ ਬਾਅਦ ਉਸ ਦੇ ਖਾਤੇ ਵਿੱਚ 35 ਤੋਂ 40000 ਰੁਪਏ ਆਏ ਕਿਸੇ ਵਿਅਕਤੀ ਵੱਲੋਂ ਜੋ ਉਹ ਹਿੰਦੀ ਬੋਲ ਰਿਹਾ ਸੀ ਉਹ ਉਸ ਦੀ ਮਦਦ ਕਰਨਾ ਚਾਹੁੰਦਾ ਉਸ ਵੱਲੋਂ ਉਹਨਾਂ ਦੇ ਖਾਤੇ ਵਿੱਚ 1 ਰੁਪਿਆ ਪਾਇਆ ਗਿਆ ਤੇ ਉਸ ਨੂੰ ਕਲਿੱਕ ਕਰਨ ਲਈ ਕਿਹਾ ਗਿਆ ਜਦੋਂ ਬੱਚੇ ਨੇ ਕਲਿੱਕ ਕੀਤਾ ਤਾਂ ਉਹਨਾਂ ਦੇ ਖਾਤੇ ਵਿੱਚੋਂ 40000 ਰੁਪਏ ਕੱਢ ਲਏ ਗਏ ਇਸ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਲਦੀ ਕਾਰਵਾਈ ਕਰਨਗੇ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਦੇ 40000 ਰੁਪਏ ਵਾਪਸ ਕਰਵਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੱਚਿਆਂ ਦੀ ਮਦਦ ਲਈ ਪਿੰਡ ਵਾਸੀਆਂ ਦੇ ਵੱਲੋਂ ਖਬਰ ਲਾਈ ਗਈ ਸੀ ਲੋਕਾਂ ਨੇ ਉਸਦੇ ਰਪਈਏ ਵਿੱਚ ਇਲਾਜ ਦੇ ਲਈ ਇੱਕ ਜਿਹੜੇ ਪੈਸੇ ਪਾਏ ਸੀ ਔਰਤ ਦਾ ਕਹਿਣਾ ਕਿ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਆ ਪੁਲਿਸ ਨੇ ਕਿਹਾ ਕਿ ਉਹ ਰਲ ਮਿਲ ਕੇ ਇਹਨਾਂ ਅਨਾਥ ਬੱਚਿਆਂ ਦੀ ਮਦਦ ਕਰਨਗੇ ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਪੀੜਤ ਲੜਕੇ ਦੇ ਭਰਾ ਕਰਨ ਵਾਸੀ ਚੂੜੀਵਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਮਾਪਿਓ ਨਹੀਂ ਹਨ ਜਿਸ ਕਰਕੇ ਉਹ ਮਜ਼ਦੂਰੀ ਕਰਕੇ ਆਪਣੇ ਤਿੰਨ ਭਰਾਵਾਂ ਦੇ ਨਾਲ ਘਰ ਨੂੰ ਪਾਲ ਰਿਹਾ ਤੇ ਉਸ ਜਿਹੜਾ ਇੱਕ ਭਰਾ ਜਿਸ ਨੂੰ ਗੁਰਦਿਆਂ ਦੀ ਬਿਮਾਰੀ ਆ ਉਸ ਦੇ ਇਲਾਜ ਦੇ ਲਈ ਇਹ ਪੈਸੇ ਇਕੱਠੇ ਕੀਤੇ ਗਏ ਸਨ ਜੋ ਕਿਸੇ ਵਿਅਕਤੀ ਦੇ ਵੱਲੋਂ ਠੱਗ ਦੇ